ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਵੀਰੋ? ਠੀਕ ਹੋ? ਹੋਰ ਬਾਈ ਜਾਨ, ਕੈਸੀ ਤਬੀਅਤਾਂ ਦੀ? ਤਾਂ ਠੀਕ ਹੈ ਜੀ। ਮੇਰਾ ਡਰਾਈਵਰ ਜੀ ਅੱਜ ਕੋਈ ਟਰੈਕਟਰ ਨਾਲ ਸਖਤੀ ਕੀਤੀ ਖਲੋਤਾ ਹੈ। ਆ ਜਾਓ, ਵਿਖਾਈਏ ਤੁਹਾਨੂੰ ਕੀ ਬਲਾਂ ਕੀਤੀ ਖਲੋਤਾ। ਹੋਰ ਆ ਖਾਂ ਨਹੀਂ ਜਾ ਖਾਂ ਕਿੱਥੇ ਬਣੇ ਰੂਟਰ ਨੂੰ ਰੂਟਰ ਦਾ ਇਥੋਂ ਨਾ ਤਰੋੜ ਛੱਡਿਆ, ਗੁੱਲਾ ਜਿਹਾ ਤਰੁੱਟ ਗਿਆ। ਉਹ ਅਸੀਂ ਹੁਣ ਖੋਲੂਆ ਬਲੇ ਖੋਲ ਖਾ ਕਿਵੇਂ ਬਲਾ ਮਾਰੋ ਖੁੱਲੇ ਤਾਂ ਉਹ ਕੋਸ਼ਿਸ਼ ਕਰੇ ਨਾ ਅੱਡੂ। ਸਾਡਾ ਜੀ ਇਹ ਸਾਰਾ ਮਾਲ ਸ਼ਾਲ ਹੈ ਜੀ, ਇਹ ਵੇਖ ਲਓ ਜੀ, ਇਹ ਮੇਰਾ ਡੇਰਾ ਹੈ ਟੋਟਲ, ਇਹ ਮੇਰਾ ਟਰੈਕਟਰ ਹੈ 385 ਰੱਖਿਆ ਹੋਇਆ, ਇਹ ਮੇਰਾ ਡਰਾਈਵਰ ਹੈ ਸਾਜੂ। ਸੁਣਾ ਬਾਈ, ਇਹ ਖੁੱਲ੍ਹਦਾ ਵੀ ਕੋਈ ਨਾ? ਹਲਾ ਨਹੀਂ ਖੁੱਲਦਾ। ਚਲੋ ਮੁੰਡੇ ਨੂੰ ਜੋਲਾ ਤੇ ਲੈ ਕੇ ਵਗ ਜਾ ਜਾਮਿਆਂ ਤੇ। ਠੀਕ, ਗੋੜੀ ਦੇ ਹਾਲਾਤ ਵੇਖ ਲਈਏ। ਹੈ ਜੀ ਇਹ ਮੇਰੀ ਗੋੜੀ, ਇਹ ਵੇਖੋ ਉਰਾ ਆ ਜਾ। ਇਹਨੂੰ ਮੇਰੀ ਗੋੜੀ ਮੈਂ ਇਸ 'ਤੇ ਨਾ ਆਉਣ ਜਨਾਬ, ਇਨਸ਼ਾਅੱਲਾ ਥੋੜ੍ਹਿਆਂ ਦਿਨਾਂ ਤਾਈਂ ਉੱਤੇ ਚੜ੍ਹ ਰਿਹਾ ਅਤੇ ਚੜ੍ਹ ਕੇ ਮੈਂ ਜਨਾਬ ਇਸ 'ਤੇ ਝੂਟੇ ਛੂਟੇ ਲੈਣੇ ਨੇ। ਆ ਇਸ ਨੂੰ ਅਸੀਂ ਕੁਤਰਾ ਡਲਦੇ ਹਾਂ। ਆ ਜੁਆਰ, ਜੁਆਰ ਇਹਨੂੰ ਗੱਤੇ ਹਾਂ ਅੱਜ ਕੱਲ੍ਹ ਅਸੀਂ। ਇਹ ਮੇਰਾ ਸਾਰਾ ਡੇਰਾ ਹੈ, ਇਹ ਵੇਖ ਲਿਓ। ਉਹ ਡੋ ਇਹਦਾ ਹੁਣ ਕੀ ਖੋਲਣਾ, ਇਹ ਮੇਰਾ ਮਾਲ ਹੈ ਜੀ। ਆਏ ਮੇਰੀ ਕਟੀਆਂ ਕੁਟੀਆਂ ਜਨਾਬ ਖਾ ਪੀ ਕੇ ਹੁਣ ਜਨਾਬ ਨਸ਼ ਲੈ ਰਹੀਆਂ ਨਾ। ਵੇਖੋ ਸਕੂਨ ਲੈ ਰਹੀਆਂ, ਸਕੂਨ। ਇਹ ਜੀ ਸਾਡੀ ਹੈ ਮਸ਼ੀਨ ਲਾਈ ਹੋਈ ਹੈ, ਆਹ ਵੇਖੋ। ਆਹ ਮਸ਼ੀਨ ਹੈ ਜੀ, ਇੱਥੇ ਅਸੀਂ ਇਹਦਾ ਜੀ ਡੋਰਾਂ ਵਾਸਤੇ ਜਨਾਬ ਕੁਤਰਾ ਛੁਤਰਾ ਬਣਾਉਂਦੇ ਹਾਂ, ਪੱਠੇ ਕੁਤਰਦੇ ਹਾਂ ਅਤੇ ਪੱਠੇ ਕੁਤਰ ਕੇ ਅਸੀਂ ਇਹਨਾਂ ਨੂੰ ਕਹਿੰਦੇ ਛਿੰਦੇ ਹਾਂ। ਨਾਲ ਅਸਾਂ ਪੰਪ ਲਾਏ ਹੋਇਆ ਲਾਲ, ਪਾਣੀ ਛਾਣੀ ਪਿਵਾਉਂਦੇ ਹਾਂ ਇੱਥੇ, ਇਹ ਵੇਖੋ। ਅਗਰ ਮੇਰਾ ਤੁਹਾਨੂੰ ਵਲੌਗ ਅੱਛਾ ਲੱਗਾ ਹੋਵੇ ਤਾਂ ਬਾਈ ਜਾਨ ਇਸ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਨਾ, ਇਹ 'ਚ ਕਮੈਂਟ ਲਾਜ਼ਮੀ ਕਰਿਆ ਜੀ। ਬਹੁਤ ਬਹੁਤ ਮਿਹਰਬਾਨੀ ਹੈ, ਬਹੁਤ ਸ਼ੁਕਰੀਆ ਵੀਰਾਂ ਦਾ। ਅੱਲਾ ਹਾਫਿਜ਼।